अगे तो एयरगन लैके जाया करो, जे कोई हरकत करता सीधा फायर करती। ये गल् कह चंगिया लगदिया नहीं पर आपां नूं कई बार मौका भी नहीं मिलता है ना, हथियार चलाने का तो की हथियार कढ़न का भी नहीं मिलता आ। बाकी स्ट्रोंग आप फिजिकली भी हो सकते हैं पर जे अगे खड़े ही दस बंदे आ तो चाहे कोई मुंडा चाहे कुड़ी आ इन्नी स्ट्रेंथ नहीं होंदी है ना सिंगल परसन दे विच। तां मेन जिहड़ी चीज़ आ वो सोच दे विच आ, मैनूं लगदा उहनूं बदलन दे आपां नूं ज़्यादा ध्यान देना चाहीदा आ। जिवें लोकी कह दिंदे आ वी आपां कल्ले की कर लांगे, आपां कल्ले सोच नहीं बदल सकदे, तां मैनूं लगदा सब तों पहलां आपां अपनी स्टार्टिंग अपने घर तों ते अपने दोस्तां तों कर सकदे आ। मेरा भी छोटा भरा आ ते मैं प्राउडली कह सकदी हां वी जिद्दां दा असीं उहनूं बणाया आ, निक्की निक्की चीज़ कोई मेरे वल देखदा आ, मेरे पिछे गेड़ लाउंदा जां कोई भी चीज़ आ, मैं आके उहदे नाल शेयर करदी सी। ठीक है, चलो हुण तां बहुत फर्क पै गया आ, हुण वी करदे आं तो एक एक चीज़ फील करदा आ। बाहर किसे नाल हुंदा वी आ तां उहनां नूं रोकदा आ, जिद्दां कह दिंदा आ घर आके वी जे कोई किसे नूं माड़ी नज़र नाल देखदा गल करदा कहिंदा दीदी मैं कह दिंदा आ वी अपने घर भी तो भैणा ने। अद्धे लोग इन्ने बेशर्म ने कहणगे साडे तां भैण है नहीं, नहीं हैगी प्रधान, कल थोड़े धी हो सकती है, थोड़े नहीं भी हैगी तो थानू कोई हक तो नहीं दिंदा तुसी किसी की कुड़ी नूं माड़ी नज़रां नाल देखो जां उहनूं कुछ बोलो गलत। तुहाडे आस पास जे तुसी किसे नूं जाणदे हो हुंदा आ तां मैनूं लगदा तुसी एटलीस्ट उहनूं रोको तां सही, उहनूं बोलो तां सही वी इह चीज़ गलत आ, शायद किसी दे कन्नी कोई चीज़ पै जाए उह गल मन जाए अपनी। वीडियोज़ बहुत सोहनिया होंदियाँ, थैंक यू सो मच। बस सानू इन्ना करना पैंदा ही सोशल मीडिया ते अपडेट रहने लई क्योंकि साडा काम आ। पर जे तुसी इधर नहीं हैगे, आर्टिस्ट नहीं हैगे तां अपना होर चीज़ां वल ध्यान दो, कुछ नहीं रखिया वीडियो वूडियोज़ च। ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਬਰਨਾਲਾ ਤੋਂ ਹਾਂ ਜੀ। ਹੈਲੋ ਹੈਲੋ ਹੈਲੋ, ਬਾਕੀ ਜਿਵੇਂ ਮੈਨੂੰ ਥੋੜ੍ਹੇ ਮੈਂ ਮੈਸੇਜਸ ਪੜ੍ਹੇ ਆ ਜਿੱਦਾਂ ਲੋਕ ਪਹਿਰਾਵੇ 'ਤੇ ਬੋਲਦੇ ਆ ਤਾਂ ਮੈਨੂੰ ਸਭ ਤੋਂ ਵੱਧ ਦੁੱਖ ਉਹ ਚੀਜ਼ ਦਾ ਹੁੰਦਾ ਆ। ਕੋਈ ਕਿਸੇ ਦੇ ਪਹਿਰਾਵੇ 'ਤੇ ਕਿਵੇਂ ਕਹਿ ਸਕਦਾ ਵੀ ਤੁਸੀਂ ਇੱਦਾਂ ਦੇ ਕੱਪੜੇ ਪਾਉਂਦੇ ਹੋ ਜਾਂ ਤੁਸੀਂ ਇੱਦਾਂ ਦੇ ਜਾਂ ਤੁਸੀਂ ਆਰਟਿਸਟ ਹੋ ਹੈ ਨਾ, ਤੁਸੀਂ ਐਵੇਂ ਦੇ ਗਾਣੇ ਚਾਹੁੰਦੇ ਹੋ, ਤੁਸੀਂ ਐਵੇਂ ਦੀਆਂ ਰੀਲਸ ਪਾਉਂਦੇ ਹੋ, ਤੁਹਾਡੇ ਨਾਲ ਤਾਂ ਹੁੰਦਾ। ਮੇਰੇ ਨਾਲ ਫਸਟ ਇੰਸੀਡੈਂਟ ਉਦੋਂ ਹੋਇਆ ਸੀ, ਆਈ ਵਾਜ਼ ਇਨ ਮਾਈ 10th ਕਲਾਸ ਅਤੇ ਮੈਂ ਮੇਰੀ ਮੰਮਾ ਨਾਲ ਵਾਕ ਕਰ ਰਹੀ ਸੀਗੀ। ਉਦੋਂ ਵੀ ਇੱਕ ਸਰਦਾਰ ਮੁੰਡਾ ਸੀ ਬਾਈਕ 'ਤੇ ਸੀ ਅਤੇ ਉਹਨੇ ਮੈਨੂੰ ਇੱਦਾਂ ਮੇਰੇ ਪਿੱਛੇ ਮਾਰਿਆ ਅਤੇ ਉਹ ਭੱਜ ਗਿਆ। ਤਾਂ ਉਦੋਂ ਤਾਂ ਮੈਂ ਪਾਇਆ ਵੀ ਸ਼ਾਇਦ ਸੂਟ ਹੀ ਹੋਇਆ ਸੀਗਾ, ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਪਹਿਰਾਵੇ ਨਾਲ ਰਿਲੇਟਡ ਆ। ਜਿਹੜੀ ਲੋਕਾਂ ਦੇ ਅੰਦਰ ਇੰਨੀ ਚੀਜ਼ ਭਰੀ ਪਈ ਆ, ਉਹਨਾਂ ਨੂੰ ਇੱਕ ਮੌਕਾ ਮਿਲ ਜਾਂਦਾ ਜੇ ਕੋਈ ਵੈਸਟਰਨ ਕੱਪੜੇ ਪਾਉਂਦਾ ਹੈ ਵੀ ਤੁਸੀਂ ਇੱਦਾਂ ਦੇ ਪਾਉਂਦੇ ਹੋ ਤਾਂ ਅਸੀਂ ਐਵੇਂ ਕੀਤਾ ਆ। ਪਰ ਡਜ਼ਨਟ ਮੈਟਰ ਤੁਸੀਂ ਸੂਟ ਪਾਇਆ, ਤੁਸੀਂ ਕੀ ਪਾਇਆ, ਮੈਨੂੰ ਨਹੀਂ ਲੱਗਦਾ ਵੀ ਜਿਹੜੇ ਲੋਕਾਂ ਦੀ ਇੱਦਾਂ ਦੀ ਮਾਨਸਿਕਤਾ ਆ ਉਹਨਾਂ ਨੂੰ ਇਹ ਚੀਜ਼ ਨਾਲ ਫਰਕ ਪੈਂਦਾ, ਉਹਨਾਂ ਨੂੰ ਜਸਟ ਇਹ ਦਿਖਦਾ ਵੀ ਸਾਹਮਣੇ ਕੁੜੀ ਖੜੀ ਆ। ਬਹੁਤ ਲੋੜ ਹੈ ਯਾਰ, ਬਹੁਤ ਜ਼ਿਆਦਾ ਲੋੜ ਹੈ ਆਪਣੀ ਸੋਚ ਬਦਲਣ ਦੀ। ਮੈਮ ਤੁਹਾਡਾ ਨੇਚਰ ਬਹੁਤ ਵਧੀਆ ਹੈ ਜੀ, ਤੁਹਾਨੂੰ ਕਿਵੇਂ ਪਤਾ ਹੈ ਜੀ? ਲਾਈਵ ਪੋਸਟ ਕਰਨ ਯੋਗ ਡਿਲੀਟ ਨਾ ਕਰਿਓ, ਠੀਕ ਹੈ ਜੀ।
ਬਾਕੀ ਲੋਕ ਕਹਿ ਰਹੇ ਸੀ ਮੈਂ ਇਹ ਚੀਜ਼ ਪੋਸਟ ਕਿਉਂ ਕੀਤੀ ਹੈ, ਮੈਨੂੰ ਉੱਥੇ ਹੀ ਸਟੈਂਡ ਲੈਣਾ ਚਾਹੀਦਾ ਸੀਗਾ। ਮੈਨੂੰ ਲੱਗਿਆ ਮੇਰੇ ਕੋਲ ਹੁਣ ਪਲੈਟਫਾਰਮ ਹੈਗਾ ਤਾਂ ਮੈਂ ਇਹ ਚੀਜ਼ ਬਾਰੇ ਗੱਲ ਕਰ ਸਕਦੀ ਹਾਂ, ਹੈ ਨਾ। ਮੈਨੂੰ ਵੀ ਪਤਾ ਆ ਵੀ ਕੋਈ ਉਹ ਚੀਜ਼ ਨੂੰ ਆ ਕੇ ਅਨਡਨ ਨਹੀਂ ਕਰ ਸਕਦਾ, ਹੈ ਨਾ। ਜੋ ਚੀਜ਼ ਹੋ ਗਈ ਆ ਤਾਂ ਹੋ ਗਈ ਆ, ਪਰ ਉਹ ਚੀਜ਼ ਹੋਈ ਕਿਉਂ ਆ, ਮੈਂ ਉਹਦੇ ਕਰਕੇ ਪੋਸਟ ਪਾਈ ਹੈ ਵੀ ਇਹ ਚੀਜ਼ ਹੋ ਕਿਉਂ ਰਹੀ ਹੈਗੀ, ਜਾਂ ਕਿਸੇ ਹੋਰ ਨਾਲ ਨਾ ਹੋਵੇ। ਸ਼ਾਇਦ ਕਿਸੇ ਨੂੰ ਪੜ੍ਹ ਕੇ ਥੋੜ੍ਹਾ ਜਿਹਾ ਵੀ ਲੱਗੇ ਯਾਰ ਅਸੀਂ ਕਿੰਨਾ ਗਲਤ ਕਰ ਰਹੇ ਹਾਂ, ਹੈ ਨਾ। ਕਿਉਂਕਿ ਹੁੰਦਾ ਹਰ ਇੱਕ ਦੀ ਭੈਣ ਨਾਲ ਆ, ਕੋਈ ਮੰਨੇ ਨਾ ਮੰਨੇ। ਮੇਰੀਆਂ ਇੰਨੀਆਂ ਜ਼ਿਆਦਾ ਸਹੇਲੀਆਂ ਆ ਜਦੋਂ ਅਸੀਂ ਇਕੱਠੇ ਬਹਿ ਕੇ ਕੋਈ ਗੱਲ ਕਰਦੇ, ਬਚਪਨ ਤੋਂ ਲੈ ਕੇ ਉਹਨਾਂ ਨਾਲ ਬਹੁਤ ਜ਼ਿਆਦਾ ਇੰਸੀਡੈਂਟ ਹੋਏ ਹੁੰਦੇ, ਈਵਨ ਉਹਨਾਂ ਦੇ ਰਿਸ਼ਤੇਦਾਰਾਂ ਨੇ ਕੀਤੇ ਹੁੰਦੇ ਆ। ਅਤੇ ਬਹੁਤ ਦੀਆਂ ਮੰਮਾ ਕਹਿ ਦਿੰਦੀਆਂ ਨੇ, ਮਤਲਬ ਨਾ ਉਹਦੇ ਭਾਈ ਨੂੰ ਪਤਾ ਹੁੰਦਾ ਨਾ ਉਹਦੇ ਪਾਪਾ ਨੂੰ ਪਤਾ ਹੁੰਦਾ ਵੀ ਬਸ ਖੁਦ ਚੁੱਪ ਕਰ ਜਾ, ਹੈ ਨਾ। ਮੈਂ ਬਲੈਸਡ ਹਾਂ, ਮੈਨੂੰ ਮੇਰੇ ਇਹੋ ਜਿਹੇ ਮਦਰ ਮਿਲੇ ਆ ਵੀ ਬਹੁਤ ਧਿਆਨ ਰੱਖਿਆ ਉਹਨਾਂ ਨੇ ਛੋਟੇ ਹੁੰਦੇ ਸਾਡਾ। ਮੇਰੇ ਨਾਲ ਕੁਝ ਐਵੇਂ ਦਾ ਨਹੀਂ ਹੋਇਆ, ਕਿਉਂਕਿ ਛੋਟੇ ਹੁੰਦੇ ਇਹ ਚੀਜ਼ ਹੁੰਦੀ ਆ ਤਾਂ ਬਹੁਤ ਗੰਦਾ ਅਸਰ ਪੈਂਦਾ ਤੁਹਾਡੇ ਮਨ 'ਤੇ। ਪਰ ਇਹ ਚੀਜ਼ ਨੂੰ ਦਬਾਉਣ ਦੀ ਜਗ੍ਹਾ ਮੈਨੂੰ ਲੱਗਦਾ ਇਹਦੇ ਬਾਰੇ ਐਕਸ਼ਨ ਲੈਣਾ ਚਾਹੀਦਾ, ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ। ਹਾਂ, ਕੱਲ੍ਹ ਜੇ ਮੇਰੇ ਕੋਲ ਮੌਕਾ ਹੁੰਦਾ ਤਾਂ ਮੈਂ ਜ਼ਰੂਰ ਲੈਂਦੀ, ਮੈਨੂੰ ਮੌਕਾ ਮਿਲੇ ਹੀ ਨਹੀਂ। ਅੱਗੇ ਤਾਂ ਹੋਊਗਾ ਤਾਂ ਮੈਂ ਇਹ ਚੀਜ਼ ਦਾ ਬਹੁਤ ਧਿਆਨ ਰੱਖੂੰਗੀ, ਕਿਉਂਕਿ ਬੰਦਾ ਉਹਦੀ ਮਸਤੀ 'ਚ ਜਾ ਰਿਹਾ ਸੜਕ 'ਤੇ, ਅਚਾਨਕ ਹੁੰਦਾ ਅਤੇ ਬੰਦਾ ਤੇਜ਼ੀ ਨਾਲ ਭੱਜ ਜਾਂਦਾ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਮਿੰਟਾਂ ਸਕਿੰਟਾਂ 'ਚ ਵੀ ਕੀ ਹੋ ਗਿਆ। ਕੋਈ ਬਾਈ ਕਹਿ ਰਿਹਾ ਸੀ, ਕਹਿੰਦਾ ਉਹ ਕਿਹੜਾ ਜੱਟ 'ਤੇ ਸੀਗਾ ਜਿਹੜਾ ਭੱਜ ਗਿਆ। ਬਾਈ, ਬਾਈਕ ਵੀ ਬਹੁਤ ਤੇਜ਼ ਭੱਜਦਾ ਅਤੇ ਨੇਰੇ 'ਚ ਤੁਹਾਨੂੰ ਕੁਛ ਦਿਖਦਾ ਨਹੀਂ। ਮੈਨੂੰ ਵੀ ਪਤਾ ਆ, ਮੈਂ ਸੋਸ਼ਲ ਮੀਡੀਆ 'ਤੇ ਉੱਦਾਂ ਹੀ ਨਹੀਂ ਕੁਛ ਪਾਇਆ ਆ। ਜਿਹੜੇ ਮੁੰਡੇ ਵੀ ਦੇਖ ਰਹੇ ਆ, ਮੈਂ ਇਹੀ ਰਿਕੁਐਸਟ ਕਰੂੰਗੀ ਵੀ ਤੁਹਾਡੀਆਂ ਭੈਣਾਂ ਆ ਤਾਂ ਤੁਸੀਂ ਇਹ ਟੋਪਿਕ 'ਤੇ ਖੁੱਲ੍ਹ ਕੇ ਗੱਲ ਕਰੋ, ਹੈ ਨਾ। ਉਹਨਾਂ ਨਾਲ ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਕੋਈ ਤੰਗ ਤਾਂ ਨਹੀਂ ਕਰਦਾ, ਕਿਉਂਕਿ ਛੋਟੀ ਉਮਰ 'ਚ ਤਾਂ ਕੁੜੀਆਂ ਡਰਦੀਆਂ ਦੱਸਦੀਆਂ ਹੀ ਨਹੀਂ। ਜਦੋਂ ਮੈਂ ਵੀ ਛੋਟੀ ਸੀ, ਈਵਨ ਮੈਂ ਕਹੂੰਗੀ ਮੈਂ ਵੀ ਘਰੇ ਡਰਦੀ ਸੀ ਵੀ ਮੈਨੂੰ ਹੀ ਨਾ ਕਹਿ ਦੇਣ ਵੀ ਤੂੰ ਗਲਤ ਆ, ਹੈ ਨਾ। ਬੱਚੇ ਡਰਦੇ ਆ ਇਹ ਚੀਜ਼ਾਂ ਤੋਂ, ਤਾਂ ਤੁਸੀਂ ਉਹਨਾਂ ਨਾਲ ਗੱਲ ਕਰੋ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਤੈਨੂੰ ਕੋਈ ਤੰਗ ਤਾਂ ਨਹੀਂ ਕਰਦਾ, ਤੈਨੂੰ ਕਿਸੇ ਨੇ ਕੁਛ ਕਿਹਾ ਵੀ ਨਹੀਂ। ਕਿਉਂਕਿ ਜੇ ਕਿਸੇ ਨਾਲ ਹੋਇਆ ਵੀ ਹੋਊਗਾ ਤਾਂ ਉਹ ਬਹੁਤ ਡਰਦੇ ਹੋਣੇ ਆ। ਇੱਕ ਕੁੜੀ ਨੇ ਮੇਰੇ ਨਾਲ ਇੰਸੀਡੈਂਟ ਸ਼ੇਅਰ ਕੀਤਾ, ਕਹਿੰਦੀ ਮੈਂ ਅਤੇ ਮੇਰੇ ਮੰਮਾ ਬਾਲਕਨੀ 'ਚ ਖੜ੍ਹੇ ਸੀ ਅਸੀਂ, ਅਤੇ ਮੁੰਡਾ ਦੋ ਤਿੰਨ ਮੁੰਡੇ ਗਲੀ 'ਚੋਂ ਨਿਕਲੇ ਬਾਈਕ 'ਤੇ, ਉੱਚੀ ਦੇਣੇ ਬਹੁਤ ਕੁਛ ਗਲਤ ਬੋਲਿਆ, ਹੈ ਨਾ, ਉਹਨੇ ਮੈਸੇਜ 'ਚ ਲਿਖਿਆ ਹੋਇਆ ਸੀਗਾ। ਉਸ ਤੋਂ ਬਾਅਦ ਕਹਿੰਦੀ ਮੈਂ ਅਤੇ ਮੇਰੇ ਮੰਮਾ ਬਾਲਕਨੀ 'ਚ ਹੀ ਖੜ੍ਹਨ ਨੂੰ ਹਟ ਗਏ ਵੀ ਕੋਈ ਸਾਨੂੰ ਕੁਝ ਦੁਆਰੇ ਨਾ ਕਹਿ ਦੇ, ਕਹਿੰਦੀ ਮੈਨੂੰ ਇੰਨਾ ਡਰ ਲੱਗਦਾ ਆ। ਅਤੇ ਜਿਹੜੀਆਂ ਕੁੜੀਆਂ ਵਾਕ ਕਰਦੀਆਂ, ਈਵਨ ਘਰਾਂ ਦੇ ਕੋਲ ਵੀ ਕਰਦੀਆਂ ਨੇ, ਉਹਨਾਂ ਨਾਲ ਹਜ਼ਾਰਾਂ ਇੰਸੀਡੈਂਟ ਹੋਏ ਹੋਇਆ, ਬੱਸਿਸ 'ਚ ਇੰਨੇ ਹੁੰਦੇ ਆ। ਮਤਲਬ ਜੇ ਤੁਸੀਂ ਦੇਖਦੇ ਹੋ ਯਾਰ ਉਹ ਚੀਜ਼ ਨੂੰ ਹਟਾਓ, ਤੁਹਾਨੂੰ ਉਹ ਚੀਜ਼ ਦਾ ਸਟੈਂਡ ਲੈਣਾ ਚਾਹੀਦਾ ਹੈ, ਕਿਉਂਕਿ ਆਪਣੀਆਂ ਵੀ ਤਾਂ ਭੈਣਾਂ ਨਿਕਲਦੀਆਂ ਨੇ ਨਾ। ਅਤੇ ਮੈਂ ਨਹੀਂ ਕਹਿੰਦੀ ਤੁਸੀਂ ਭੈਣਾਂ ਮੰਨੋ, ਇੱਕ ਔਰਤ ਆ, ਹੈ ਨਾ, ਇੱਕ ਹਿਊਮਨ ਬੀਂਗ ਆ, ਤੁਸੀਂ ਇੱਜ਼ਤ ਕਰਦੇ ਹੋ, ਜਾਂ ਆਪਣੇ ਗੁਰੂਆਂ ਨੇ ਆਪਾਂ ਨੂੰ ਇਹ ਚੀਜ਼ ਸਿਖਾਈ ਹੈ, ਹੈ ਨਾ, ਵੀ ਜ਼ੁਲਮ ਕਰਨਾ ਪਾਪ ਆ, ਜ਼ੁਲਮ ਸਹਿਣਾ ਪਾਪ ਆ, ਅਤੇ ਜ਼ੁਲਮ ਨੂੰ ਹੁੰਦੇ ਦੇਖਣਾ ਵੀ ਪਾਪ ਆ, ਤੁਹਾਨੂੰ ਉਹ ਚੀਜ਼ 'ਤੇ ਸਟੈਂਡ ਲੈਣਾ ਚਾਹੀਦਾ ਹੈ। ਲੋਕ ਕਹਿੰਦੇ ਵੀ ਪਤਾ ਨਹੀਂ ਕੁੜੀ ਕੀ ਕਹੂਗੀ ਨਹੀਂ ਕਹੂਗੀ, ਯਾਰ ਉਹ ਬਾਅਦ ਦੀਆਂ ਗੱਲਾਂ ਰਹਿ ਗਈਆਂ। ਜੇ ਕਿਸੇ ਨਾਲ ਗਲਤ ਹੋ ਰਿਹਾ, ਤੁਹਾਡੀ ਫਸਟ ਜਿਹੜੀ ਚੀਜ਼ ਹੋਣੀ ਚਾਹੀਦੀ ਹੈ, ਤੁਸੀਂ ਉਹ ਚੀਜ਼ ਨੂੰ ਰੋਕੋ, ਨਾ ਕਿ ਚੁੱਪ ਕਰਕੇ ਬੈਠ ਜਾਓ। ਤੁਸੀਂ ਵੀ ਉਹ ਚੀਜ਼ ਉਨੇ ਭਾਗੀਦਾਰ ਹੋਵੋਗੇ ਜਿੰਨਾ ਬੰਦਾ ਕਰਨ ਵਾਲਾ ਆ, ਤੁਹਾਨੂੰ ਉਹ ਚੀਜ਼ ਨੂੰ ਹਟਾਉਣਾ ਚਾਹੀਦਾ ਆ। ਸੋਰੀ ਮੈਂ ਬਹੁਤ ਬੋਲ ਰਹੀ ਹਾਂ, ਤੁਹਾਨੂੰ ਲੱਗ ਰਿਹਾ ਹੋਣਾ ਲੈਕਚਰ ਦੇ ਰਹੀ ਆ, ਬਟ ਕੱਲ੍ਹ ਤੋਂ ਕੱਲ੍ਹ ਦੀ ਮੈਂ ਬਹੁਤ ਇਹ ਚੀਜ਼ ਨਾਲ ਡਿਸਟਰਬਡ ਹਾਂ ਕਿ ਕਿਉਂ ਹੁੰਦਾ ਆ ਇਹ। ਇਕੱਲਾ ਕੁੜੀਆਂ ਨਾਲ ਨਹੀਂ, ਮੁੰਡਿਆਂ ਨਾਲ ਵੀ ਬਹੁਤ ਹੁੰਦਾ, ਈਵਨ ਛੋਟੀ ਉਮਰ 'ਚ। ਦੀ ਮੈਂ ਤਾਂ ਸੌਂਗਸ ਨੂੰ ਜ਼ਿੰਮੇਦਾਰ ਮੰਨਦੀ ਹਾਂ ਸਭ ਲਈ। ਤੁਸੀਂ ਛੋਟੀ ਉਮਰ 'ਚ ਸ਼ਾਇਦ ਕਹਿ ਸਕਦੇ ਹੋ, ਪਰ ਮੈਂ ਇਹ ਚੀਜ਼ ਨਾਲ ਇੰਨਾ ਐਗਰੀ ਨਹੀਂ ਕਰ ਸਕਦੀ, ਕਿਉਂਕਿ ਸਾਡੇ ਅਸੀਂ ਵੀ ਦੋ ਭੈਣਾਂ ਆ, ਮੇਰਾ ਇੱਕ ਛੋਟਾ ਭਰਾ ਵੀ ਹੈ, ਤਾਂ ਅਸੀਂ ਵੀ ਹੈਗੇ ਹਾਂ, ਹੈ ਨਾ। ਤੁਹਾਡਾ ਆਲਾ ਦੁਆਲਾ, ਤੁਹਾਡੇ ਘਰ ਦੇ ਸਾਰੀਆਂ ਚੀਜ਼ਾਂ ਨਿੱਕੀ ਨਿੱਕੀ ਚੀਜ਼ 'ਚ ਕੰਟਰੀਬਿਊਟ ਕਰਦੀਆਂ ਨੇ, ਹੈ ਨਾ। ਸਭ ਤੋਂ ਪਹਿਲਾਂ ਤਾਂ ਬੰਦੇ ਸੋਚ ਮੈਨੂੰ ਲੱਗਦਾ ਘਰ ਤੋਂ ਹੀ ਬਣਦੀ ਹੈਗੀ। ਜਿੱਦਾਂ ਹੁਣ ਅਸੀਂ ਸਾਡੇ ਮੇਰੇ ਭਰਾ ਨੂੰ ਵੀ ਇੱਕ ਨਿੱਕੀ ਨਿੱਕੀ ਚੀਜ਼ ਸਿਖਾਉਂਦੇ ਹਾਂ, ਦੱਸਦੇ ਹਾਂ, ਤਾਂ ਬਹੁਤ ਜ਼ਰੂਰੀ ਹੈ ਇੱਕ ਮਾਂ ਲਈ, ਇੱਕ ਭੈਣ ਲਈ ਆਪਦੇ ਭਰਾ ਨੂੰ ਅਵੇਅਰ ਕਰਨਾ, ਉਹਨੂੰ ਦੱਸਣਾ ਇਹ ਚੀਜ਼ਾਂ 'ਚ ਫਰਕ। ਉਸ ਤੋਂ ਬਾਅਦ ਵੀ ਜੇ ਕਈ ਲੋਕ ਨਹੀਂ ਸੁਧਰਦੇ ਤਾਂ ਉਹਨਾਂ ਦੀ ਮਾਨਸਿਕਤਾ ਦਾ ਮੈਨੂੰ ਲੱਗਦਾ ਆਪਾਂ ਕੁਛ ਕਰ ਨਹੀਂ ਸਕਦੇ, ਤਾਂ ਉਹਨਾਂ ਦੀ ਸਜ਼ਾ ਹੀ ਆ। ਮੈਮ ਸਨੈਪਚੈਟ ਆਈ ਡੀ ਕੀ ਹੈ ਤੁਹਾਡੀ? ਮੇਰੀ ਬਾਇਓ 'ਚ ਪਾਈ ਹੋਈ ਹੈ ਸ਼ਾਇਦ।
ਬਾਈਕ ਦਾ ਨੰਬਰ ਜੀ ਦਿਖਿਆ ਨਹੀਂ ਹੈਗਾ, ਬਹੁਤ ਹਨੇਰਾ ਸੀ, ਮੈਂ ਵੀ ਦੇਖਣ ਦਾ ਟਰਾਈ ਕੀਤਾ ਸੀਗਾ ਤਾਂ ਕਿ ਕਿਸੇ ਹੋਰ ਨਾਲ ਨਾ ਹੋਵੇ, ਮੈਂ ਵੀ ਉੱਥੇ ਹੀ ਐਕਸ਼ਨ ਲੈਣਾ ਚਾਹੁੰਦੀ ਸੀ, ਅਤੇ ਉੱਥੇ ਕੋਈ ਕੈਮਰਾ ਨਹੀਂ ਸੀ ਅਤੇ ਮੇਰੇ ਕੋਲ ਫੋਨ ਵੀ ਨਹੀਂ ਸੀਗਾ। हाँ हाँ रमन साहब ठीक है, नंबर दे दो प्लीज़, अपना बिग फैन, नंबर दे के भी करना जी, चकना तो मैं है नहीं। ਪਈਆਂ ਇਹ ਜੇ ਕਿਸੇ ਕੁੜੀ ਨੇ ਕੋਈ ਵੀ ਆਪਣੀ ਐਵੇਂ ਦੀ ਚੀਜ਼ ਸ਼ੇਅਰ ਕਰਨੀ ਹੈ, ਫੇਸ ਨਹੀਂ ਵੀ ਦਿਖਾਉਣਾ ਤਾਂ ਤੁਸੀਂ ਐਡ ਹੋ ਸਕਦੇ ਹੋਗੇ। ਮੈਂ ਦੇਖਦੀ ਹਾਂ ਜੇ ਕਿਸੇ ਦੀ ਆਪਣੀ ਟੀਮ 'ਚੋਂ ਆਈ ਹੋਈ ਤਾਂ ਰਿਕੁਐਸਟ, ਆਈਆਂ ਬਹੁਤ ਪਈਆਂ। ਦੀਦੀ ਮੈਨੂੰ ਐਡ ਕਰ ਲਓ ਜੀ, ਕਿਸ ਟੌਪਿਕ 'ਤੇ ਗੱਲ ਕਰਨੀ ਹੈ ਜੀ ਤੁਸੀਂ ਐਡ ਹੋ ਕੇ ਦੱਸੋ। ਸੈਕਿੰਡ ਸੀਜ਼ਨ ਆ ਜਾਣਾ ਜੀ, ਅਸੀਂ ਵੀ ਇਹੀ ਚਾਹੁੰਦੇ ਹਾਂ ਛੇਤੀ ਆਵੇ। ਮੇਰੇ ਕਮੈਂਟ ਦਾ ਰਿਪਲਾਈ ਕਰਦਾ ਅਨਮੋਲ ਨੇਸ਼ਨ, ਮੈਂ ਵਧੀਆ ਜੀ ਚੜ੍ਹਦੀ ਕਲਾ 'ਚ। ਤੁਸੀਂ ਹਰਜੀਤ ਸਿਸਟਰ ਨੂੰ ਜਾਣਦੇ ਹੋ? ਐਵੇਂ ਨਹੀਂ ਮੈਨੂੰ ਪਤਾ ਲੱਗਣਾ ਜੀ। ਦੀ ਤੁਸੀਂ ਕਿਸੇ ਨੂੰ ਐਡ ਕਰ ਲਓ ਜੀ, ਕਰ ਲੈਂਦੇ ਹਾਂ ਜੀ। ਤੁਸੀਂ ਬਿਲੋਂਗ ਕਿੱਥੋਂ ਕਰਦੇ ਹੋ? ਮੈਂ ਬਰਨਾਲਾ ਤੋਂ ਜੀ। ਜੈਦੀਪ ਸਿੰਘ ਹਾਂ, ਕਿਹਨੂੰ ਐਡ ਕਰਾਂ? ਕਿਸੇ ਕੁੜੀ ਨੇ ਰਿਕੁਐਸਟ ਨਹੀਂ ਭੇਜੀ, ਸਾਰੇ ਮੁੰਡਿਆਂ ਨੇ ਭੇਜੀ ਹੋਈ ਹੈ, ਗਲਤ ਗੱਲ ਆ। ਕੀਤਾ ਹੈ ਕਿਸੇ ਨੂੰ ਐਡ? ਪਤਾ ਨਹੀਂ ਕਿਹਨੂੰ ਕੀਤਾ ਆ। ਬੂਟੇ ਨੂੰ ਐਡ ਕਰ ਲਓ ਤੁਸੀਂ, ਬੂਟਾ ਪਤਾ ਨਹੀਂ ਜੀ ਕਿੱਥੇ ਹੋਣਾ। ਥੈਂਕ ਯੂ ਸੋ ਮੱਚ ਜਿਨ੍ਹਾਂ ਦੇ ਨਾਲ ਮੇਰੀ ਐਕਟਿੰਗ ਵਧੀਆ ਲੱਗੀ। ਰਜਿੰਦਰ ਕੌਰ ਪੱਠਲ, ਹਾਂਜੀ ਉਹ ਮੇਰੇ ਪਿੰਡ ਤੋਂ ਹੀ ਨੇ। ਮੁੰਡੇ ਲਾਈਕ ਕਰਦੇ ਆ ਤੁਹਾਨੂੰ, ਮੈਨੂੰ ਕੁੜੀਆਂ ਵੀ ਲਾਈਕ ਕਰਦੀਆਂ ਨੇ ਜੀ। ਐਡ ਕੀਤਾ ਸੀ ਮੈਂ, ਪਤਾ ਨਹੀਂ ਇਹਨਾਂ ਨੂੰ ਸ਼ਾਇਦ ਹੋਏ ਨਹੀਂ ਹੋਣੇ।
करूं। मैं मेरा नाम ला तो धीर पन्नू जी। तुसी स्टडी कित्थों करदे? मेरी स्टडी डन हो चुकी है जी, मास्टर्स कर लिया मैं। हाउ आर यू? आई एम टोटली फाइन, आई एम टोटली क्यूट। बिग फैन दीदू, थैंक यू। हाय गुलीन मैम, आई एम योर बिगेस्ट फैन, थैंक यू सो मच। ना कि सानू अपने आप नू इन्ना मजबूत ज्यादा स्ट्रांग आ ते फायदा, चलो उदा तां कोई कोई काम कुम कह के ना कुछ कर जो तां कह नहीं सकदे, पर फिजिकली फायदा तां हुण आपां अनवेयर जा रहे हां किसे चीज ते, कोई तुहानूं टच करके जा रहा, जां जिहड़े रेप हुंदे जां होर हुंदे आ, तां उहदे च आपणा स्ट्रोंग वीक, मैनूं नहीं लगदा वी आपणा उहदे च कोई फॉल्ट आ, जां आपां वीक हुंदे आ तां हुंदा आ। जां तुसीं फिजिकली वी स्ट्रोंग हो, चाहे ਤੁਹਾਡਾ ਕੁਛ ਨਹੀਂ ਚੱਲ ਸਕਦਾ, ਤਾਂ ਮੈਨੂੰ ਲੱਗਦਾ ਸਟਰੋਂਗ ਮੈਂਟਲੀ ਹੋਣਾ ਪੈਣਾ ਹੈ ਸੋਸਾਇਟੀ ਨੂੰ, ਸਪੈਸ਼ਲੀ ਮੁੰਡਿਆਂ ਨੂੰ। ਮੇਰਾ ਨੈੱਟ ਨਹੀਂ ਚੱਲ ਰਿਹਾ। ਅੱਛਾ ਉਹ ਵੱਖਰੀ ਗੱਲ, ਮੈਂ ਤੁਹਾਨੂੰ ਫੋਲੋ ਨਹੀਂ ਕਰਦਾ, ਬਟ ਸੋਰਟ ਆਊਟ, ਕੋਈ ਚੱਕਰ ਨਹੀਂ ਹੈਗਾ ਜੀ। ਹੁਣ ਚੱਲ ਪਿਆ ਬਰਨਾਲੇ ਚ? ਕਿੱਥੇ ਹੋ ਤੁਸੀਂ? ਨਿੱਕਾ ਜਿਹਾ ਤਾਂ ਬਰਨਾਲਾ ਆ, ਲੱਗ ਜਾਣਾ ਪਤਾ। ਹਾਂ अजी भी नेट स्लो है मेरा, वाईफाई भी ऑन किया है यार, वाईफाई लग्या है जी, लाइक ऑन दी लोड नहीं है जी। दीदी मेरा नाम ले दो, जगप्रीत चीमा। हां जी, किसी ने और कुछ कहना हो, अपने विचार पेश करने हो, हम तो सीधी गल बात हो रही है। फॉलो बैक मिलूगा? कुछ नहीं रखे ही फॉलो फूलो च। साडा बरनाला निका, मेरा भी बरनाला नाल ही है जी। फ्रेशी सिंह,
ਮੈਸੇਜਸ ਕਰਦੇ ਆ ਤੇ ਮੇਰੇ ਤੋਂ ਰਿਪਲਾਈ ਨਹੀਂ ਹੋ ਪਾਉਂਦਾ, ਬਹੁਤ ਬਹੁਤ ਸੌਰੀ। ਈਵਨ ਕੱਲ੍ਹ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਮੈਸੇਜਸ ਕੀਤੇ ਪਰ ਮੇਰੇ ਤੋਂ ਰਿਪਲਾਈ ਨਹੀਂ ਹੋਇਆ ਸਾਰਿਆਂ ਦਾ, ਪੜ੍ਹ ਵੀ ਨਹੀਂ ਹੋਇਆ ਅੱਜ ਤਾਂ। ਅੱਜ ਤੁਸੀਂ ਦੁਸ਼ਹਿਰੇ 'ਤੇ ਨਹੀਂ ਆਏ ਜੀ ਬਰਨਾਲੇ, ਬਹੁਤ ਦੇਖ ਲਈ ਆਪਾਂ ਛੋਟੇ ਹੁੰਦੇ, ਹੁਣ ਸ਼ੌਂਕ ਨਹੀਂ ਰਿਹਾ। ਗੁਰਸ਼ਰਨ ਸਿੰਘ, ਲਵ ਯੂ ਟੂ। ਤੁਸੀਂ ਨਾਮ ਹੀ ਏਦਾਂ ਦੇ ਰੱਖਿਆ, ਮੈਂ ਨਾਮ ਕਿਵੇਂ ਲੱਗਦਾ, ਰਿਪਿਕਸ 00 ਸਮਥਿੰਗ। ਅਮਨਦੀਪ, ਹੁਣ ਮੈਂ ਇਹੀ ਕੰਮ ਕਰ ਲੈਂਦੀ ਹਾਂ, ਨਾਮ ਬੋਲੀ ਜਾਂਦੀ ਹਾਂ ਸਾਰਿਆਂ ਦੇ। ਯਾਰ ਮੇਰਾ ਨੈਟ ਕਿਉਂ ਸੀ, ਲਾਈਵ ਮੈਂ ਬਹੁਤ ਜ਼ਿਆਦਾ ਐਕਸੈਪਟ ਕੀਤੀਆਂ ਨੇ ਰਿਕੁਐਸਟਾਂ, ਪਤਾ ਨਹੀਂ ਕਿਉਂ ਲਾਈਵ ਹੀ ਨਹੀਂ ਹੋ ਰਿਹਾ ਕੋਈ। ਹੈਲੋ ਮੈਮ, ਤੁਸੀਂ ਬਹੁਤ ਸੋਹਣੇ ਹੋ, ਥੈਂਕ ਯੂ ਸੋ ਮੱਚ। ਮੈਮ ਕਿੱਦਾਂ ਹੋ? ਮੈਂ ਵਧੀਆ, ਤੁਸੀਂ ਦੱਸੋ। ਨੈਮ ਲੈ ਦਿਓ, ਨਹੀਂ ਹੁਣ ਨਹੀਂ ਮੈਂ ਲੈਣਾ ਕਿਸੇ ਦਾ। ਮੈਮ ਤੁਸੀਂ ਇੱਕ ਦਿਨ ਆਊਟਲੈਟ ਗਏ ਸੀ? ਹਾਂਜੀ ਮੈਂ ਜਾਂਦੀ ਹੀ ਰਹਿੰਦੀ ਹਾਂ, ਜਿਵੇਂ ਕੁਛ ਖਾਣਾ ਪੀਣਾ ਹੁੰਦਾ, ਘਰੇ ਬੋਰ ਹੋ ਜਾਈਦਾ ਕਦੇ ਕਦੇ, ਲਾਗੇ ਹੀ ਆਪਣੇ ਘਰ ਦੇ। ਰਿਕੁਐਸਟਾਂ ਹੋ ਨਹੀਂ ਰਹੀਆਂ ਜੀ ਐਕਸੈਪਟ, ਮੈਨੂੰ ਨਹੀਂ ਪਤਾ ਕੀ ਪ੍ਰੋਬਲਮ ਆ ਰਹੀ ਹੈ, ਜਦੋਂ ਕੋਈ ਸੈਟਿੰਗ ਸੁਟਿੰਗ ਕਰਨ ਵਾਲੀ ਹੋਣੀ। ਇਲਾਕਾ ਆਪਣਾ ਬਰਨਾਲਾ ਜੀ। ਠੀਕ ਹੈ ਜੀ, ਚਲੋ ਗਾਈਸ ਬਾਏ, ਗੱਲ ਕਰਕੇ ਤੁਹਾਡੇ ਸਾਰਿਆਂ ਨਾਲ। ਜਦੋਂ ਮੈਨੂੰ ਐਡ ਕਰ ਲਓ ਪਲੀਜ਼, ਹੋ ਨਹੀਂ ਰਹੀਆਂ ਜੀ ਐਡ, ਮੈਨੂੰ ਨਹੀਂ ਪਤਾ ਕਿਉਂ ਨਹੀਂ ਹੋ ਰਹੀਆਂ, ਕੀ ਚੱਕਰ। ਭੱਠਾ ਸਾਹਿਬ, ਡਰਨਾ ਨਹੀਂ ਕਿਸੇ ਤੋਂ, ਡਰਦੇ ਤਾਂ ਆਪਾਂ ਹੈ ਹੀ ਨਹੀਂ ਜੀ।